ਗੱਲਾਂ ਬਾਤਾਂ ਹੋ ਰਹੀਆਂ ਸੀਗੀਆਂ ਕਿ ਕੁਝ ਖੜਕ ਆਵਾਜ਼ ਆਈ ਜੀ, ਕੋਈ ਪੌੜੀ ਲਾ ਕੇ ਨਾ ਕੋਈ ਚੜਿਆ ਮਨੁੱਖ, ਜੋ ਪੌੜੀ ਲਾ ਕੇ ਉਹ ਚੜਿਆ, ਉਹਨੇ ਕੱਪੜੇ ਨਾਲ ਮੂੰਹ ਲਪੇਟਿਆ ਹੋਇਆ ਤੇ ਹੱਥ ਵਿੱਚ ਕੁਝ ਫੜਿਆ ਹੋਇਆ। ਇੱਕ ਵਾਰ ਡਰ ਕੇ ਸਾਹਿਬਜ਼ਾਦੇ, ਇਹ ਕੌਣ ਆ ਗਿਆ ਭਾਈ? ਸਾਡੇ ਤਾਂ ਕਿਸੇ ਨਾਲ ਜਾਣ ਪਛਾਣੇ ਨਹੀਂ ਹੈ, ਇਹ ਕੌਣ ਆ ਗਿਆ? ਮਾਤਾ ਗੁਜਰ ਕੌਰ ਉਸ ਆਏ ਹੋਏ ਬੰਦੇ ਨੂੰ ਸਵਾਲ ਪੁੱਛਦੀ ਆ, ਤੂੰ ਕੌਣ ਆ ਭਾਈ? ਮੂੰਹ ਲਪੇਟਿਆ ਆ, ਪੌੜੀ ਲਾ ਕੇ ਚੜ ਕੇ ਆਇਆ, ਸਾਡੇ ਕੋਲ ਕੀ ਕਰਨਾ ਆ, ਤੂੰ ਕੌਣ ਆ? ਉਹ ਬੰਦਾ ਨਾਲੇ ਆਪਣਾ ਮੂੰਹ ਖੋਲਦਾ ਜੀ, ਤੇ ਨਾਲੇ ਦੱਸਦਾ ਆ ਮੈਂ ਕੌਣ ਆ। ਆ ਸੁਣਿਓ ਜੀ ਦੋ ਬੋਲ। ਹਾਂਜੀ, ਕੌਣ ਆਇਆ ਜੀ ਇਹ? ਮੋਤੀ ਰਾਮ ਮਹਿਰਾ, ਜਾਨ ਤਲੀ ਤੇ ਰੱਖ ਕੇ ਸੇਵਾ ਕਰਨ ਆਇਆ ਜੀ ਇਹ। ਇਹ ਵੀ ਸਿੱਖਣਾ ਸੀ ਇਤਿਹਾਸ ਚ ਕਿ ਸੇਵਾ ਕਿਹਨੂੰ ਕਹਿੰਦੇ ਆ ਜੀ। ਇਹਨੂੰ ਪਤਾ ਹੈ ਕਿ ਜਿਹੜੀ ਸੇਵਾ ਮੈਂ ਕਰਨ ਲੱਗਿਆ ਤੇ ਇਹਦਾ ਮੈਨੂੰ ਭੁਗਤਾਨ ਬਾਅਦ ਚੋਂ ਬਹੁਤ ਕਰਨਾ ਪੈਣਾ। ਐਵੇਂ ਨਹੀਂ ਪਹੁੰਚ ਗਿਆ ਜੀ, ਪੂਰੀ ਸਖਤ ਪਹਿਰਾ ਸੀਗਾ, ਕਿਸੇ ਨੇ ਨਹੀਂ ਮਿਲਣਾ ਆ ਸਾਹਿਬਜ਼ਾਦਿਆਂ ਨੂੰ, ਮਾਤਾ ਗੁਜਰ ਕੌਰ ਨੂੰ। ਇਹ ਹਦਾਇਤ ਹੈ ਸੂਬੇ ਦੀ। ਇਤਿਹਾਸਕਾਰਾਂ ਨੇ ਲਿਖਿਆ ਕਿ ਆਪਣੇ ਘਰ ਦਾ ਕੀਮਤੀ ਸਮਾਨ, ਸੋਨਾ ਚਾਂਦੀ ਜੋ ਪਿਆ ਸੀਗਾ ਇਹਦੇ ਕੋਲ, ਘਰ ਦੇ ਕਾਗਜ਼ ਪੱਤਰ ਚੁੱਕੇ ਇਹਨੇ ਦਿੱਤੇ ਪਹਿਰੇਦਾਰਾਂ ਨੂੰ, ਕਹਿੰਦਾ ਅੱਜ ਦੀ ਰਾਤ ਤੁਸੀਂ ਮੈਨੂੰ ਇਹ ਸੇਵਾ ਕਰ ਲੈਂਦੋ, ਉਹਦੇ ਬਦਲੇ ਇਹ ਲੈ ਲਿਓ, ਅਤੇ ਕੱਲ੍ਹ ਮੈਨੂੰ ਆਪਣੀ ਜਾਨ ਵੀ ਦੇਣੀ ਪਏਗੀ, ਮੈਂ ਉਹ ਗਿਰਵੀ ਰੱਖਾਂਗਾ ਅਤੇ ਕੱਲ੍ਹ ਵੀ ਸੇਵਾ ਕਰਾਂਗਾ। ਜਾਨ ਤਲੀ ਤੇ ਰੱਖ ਕੇ ਸੇਵਾ ਕਰਨ ਆਇਆ। ਪਰ ਇਹਨੇ ਇੱਕ ਸਵਾਲ, ਜਿਵੇਂ ਮਾਤਾ ਗੁਜਰ ਕੌਰ ਨੇ ਕਿਹਾ ਤੂੰ ਕੌਣ ਆ? ਕਹਿੰਦਾ ਇੱਕ ਕਿਰਤੀ ਹਾਂ, ਹੱਲ ਕਰ ਨਾ ਸਕਾਂ, ਬੁਰਜਾਂ ਤੋਂ ਉੱਚੇ ਆ ਸਵਾਲਾਂ ਨੂੰ। ਕਹਿੰਦਾ ਹੈ ਤਾਂ ਨਿਮਾਣਾ ਜਿਹਾ ਹੀ ਹੈ, ਬੁਰਜਾਂ ਨਾਲ ਪੰਗੇ ਲੈਣਾ, ਮਤਲਬ ਕਿ ਸੂਬੇ ਨਾਲ ਪੰਗਾ ਲੈਣਾ, ਮੇਰੇ ਵੱਸ ਦੀ ਨਹੀਂ ਹੈ। ਮੈਂ ਤਾਂ ਇੱਕ ਕੰਮ ਕਰਨ ਆਇਆ, ਇੱਕ ਦੁੱਧ ਦਾ ਗੜਵਾ ਹਾਜ਼ਰ ਹੈ, ਖੁਦ ਛਕੋ ਛਕਾਵੋ ਲਾਲਾ ਨੂੰ। ਸੰਗਤ ਜੀ, ਇੱਕ ਤੁਸੀਂ ਹੋਰ ਮੇਰੀ ਬੇਨਤੀ ਮੰਨਣੀ ਹੈ ਜੀ। ਇਹ ਅਸੀਂ ਨਹੀਂ ਬੋਲਦੇ ਜੀ, ਤੁਸੀਂ ਮੰਨੋਗੇ, ਮੈਂ ਖੁਦ ਬਾਅਦ ਚੋਂ ਆਪਣੀ ਕਥਾ ਸੁਣਦਾ ਨਾ, ਜਦੋਂ ਮੈਨੂੰ ਲੱਗਦਾ ਕਿ ਮੈਂ ਬੋਲ ਕੇ ਆਇਆ। ਇਮਾਨਦਾਰੀ ਨਾਲ ਗੁਰੂ ਦੀ ਹਜ਼ੂਰੀ 'ਚ ਬਹਿੰਦਾ, 1% ਵੀ ਇਹ ਮੇਰਾ ਮੈਟਰ ਨਹੀਂ ਹੁੰਦਾ, ਜਿਹੜਾ ਮੈਂ ਇੱਥੇ ਬੋਲ ਜਾਂਦਾ ਅਤੇ ਜਿਹੜਾ ਮੈਂ ਮੈਟਰ ਬੋਲ ਸੋਚਿਆ ਹੁੰਦਾ, ਮੈਂ ਬੋਲ ਹੀ ਨਹੀਂ ਪਾਉਂਦਾ। ਇਹ ਬੱਚੀਆਂ ਨੇ ਤਿਆਰੀ 1-2 ਘੰਟੇ 'ਚ ਕੀਤੀ ਹੁੰਦੀ ਹੈ ਜੀ। ਫੋਨ ਕੀਤਾ ਬੱਚੀ ਨੂੰ ਕਿ ਪੁੱਤਰ ਇਹ ਕੰਮ ਕਰਨਾ ਆਪਾਂ, ਵੀਰ ਜੀ ਬਸ ਤੁਸੀਂ ਮੈਨੂੰ ਦੱਸ ਦਿਓ, ਹਿੰਟ ਮੈਂ ਕਰ ਦੂੰਗੀ। 4 ਵਜੇ ਮੇਰੇ ਕੋਲ ਆਈ, ਫਿਰ 6 ਵਜੇ ਮੇਰੇ ਕੋਲ ਆਈ, ਵੀਰ ਜੀ ਤਿਆਰੀ ਕਰ ਲਈ। ਇਹਨਾਂ ਬੱਚੀਆਂ ਲਈ ਵੀ ਆਪਾਂ ਅਰਦਾਸ ਕਰਨੀ ਹੈ ਕਿ ਇਹਨਾਂ ਨੂੰ ਵੀ ਰੱਬ ਚੜ੍ਹਦੀ ਕਲਾ 'ਚ ਰੱਖੇ। ਅਤੇ ਮੈਂ ਕਹਿੰਦਾ ਕਿ ਇਹ ਦਿਨਾਂ 'ਚ ਜਿਸ ਬੱਚੇ ਨੇ, ਛੋਟੇ ਤੋਂ ਛੋਟੇ ਬੱਚੇ ਨੇ, ਵੱਡੇ ਤੋਂ ਵੱਡੇ ਨੇ, ਜੇ 2 ਬੋਲ ਵੀ ਸਾਹਿਬਜ਼ਾਦਿਆਂ ਦੀ ਸਿਫਤ ਵਿੱਚ ਗਾਤੇ ਜੀ,
ਉਹਨਾਂ ਦੀ ਬਾਬਿਆਂ ਦੇ ਚਰਨਾਂ 'ਚ ਹਾਜ਼ਰੀ ਲੱਗ ਗਈ। ਅਤੇ ਭਾਗਾ ਵਾਲਾ ਹੀ ਹੈ ਜੀ, ਕੋਈ ਮਾਫ ਕਰਿਓ, ਹਰ ਬੰਦਾ ਸਟੇਜ 'ਤੇ ਨਹੀਂ ਬੋਲ ਸਕਦਾ। ਜਿਹੜਾ ਬੋਲ ਗਿਆ ਪਤਾ ਨਹੀਂ ਉਹਦੇ ਕਿਹੜੇ ਪੁਰਾਣੇ ਕਰਮ ਹੈ, ਜਿਹੜੇ ਬਾਬਿਆਂ ਦੀ ਸਿਫਤ ਸਲਾਹ ਕਰਨ ਵਾਸਤੇ ਬਾਬੇ ਆਵਾਜ਼ ਮਾਰਦੇ ਕਿ ਆ ਮੇਰੀ ਸਿਫਤ ਸਲਾਹ ਕਰਨ ਵਾਸਤੇ ਦੋ ਬੋਲ ਬੋਲਦੇ। ਇਹ ਗੁਰੂ ਦੀ ਕਿਰਪਾ ਹੀ ਹੈ ਜੀ, ਕਰਕੇ ਬਹੁਤ ਸੋਹਣਾ ਹੈ। ਬੱਚੀਆਂ ਨੇ ਤਿਆਰੀ ਕੀਤੀ ਹੈ ਅਤੇ ਬੜੇ ਥੋੜ੍ਹੇ ਸਮੇਂ 'ਚ ਕੀਤੀ ਹੈ, ਇਹਨਾਂ ਦੀ ਚੜ੍ਹਦੀ ਕਲਾ ਦੀ ਵੀ ਅਰਦਾਸ ਕਰਨੀ ਹੈ। ਹਾਂਜੀ ਸੁਣਿਓ ਅੱਗੇ ਮੋਤੀ ਰਾਮ ਮੇਰਾ ਕੀ ਕਹਿੰਦਾ। ਹਾਂਜੀ ਬੋਲੋ ਜੀ ਸਾਰੇ। ਇੱਕ ਦੁੱਧ ਦਾ ਗੜੇਵਾ ਹਾਰ, ਖੁਦ ਛਕੋ ਛਕਾਓ, ਤੁਹਾਡੀ ਕਰਨੀ ਅਤੇ ਤੁਹਾਡਾ ਜੀਵਨ ਲਿਖਿਆ ਜਾਣਾ। ਕਹਿੰਦਾ ਘਰ ਲਿਆ ਕੇ ਲਾਲ ਫੜਾ ਦਿੱਤੇ, ਘਰੇ ਆਏ ਸੀ ਤਾਂ ਸਾਹਿਬਜ਼ਾਦੇ ਸੇਵਾ ਕਰ ਲੈਂਦਾ ਅਤੇ ਬਾਬੇ ਕੁੰਮੇ ਮਾਸਕੀ ਦੀ ਤਰ੍ਹਾਂ ਦੁਨੀਆਂ ਅੱਜ ਵੀ ਉਹਨੂੰ ਸਿਰ ਝੁਕਾਉਂਦੀ। ਕਹਿੰਦਾ ਘਰ ਲਿਆ ਕੇ ਲਾਲ ਫੜਾ ਦਿੱਤੇ, ਝੂਰੇਗਾ ਖੋਟੇ ਕਰਮਾਂ ਨੂੰ। ਕਹਿੰਦਾ ਉਸ ਗੰਗੂ ਦੀ ਥਾਂ ਜੇ ਮੈਂ ਹੁੰਦਾ, ਹੰਝੂਆ ਨਾ ਧੋਂਦਾ ਚਰਨਾਂ ਨੂੰ। ਕਹਿੰਦਾ ਜੇ ਮੈਂ ਹੁੰਦਾ ਨਾ ਗੰਗੂ ਦੀ ਥਾਂ 'ਤੇ, ਮੇਰੇ ਘਰ ਸਾਹਿਬਜ਼ਾਦੇ ਆਏ ਹੁੰਦੇ, ਕਹਿੰਦਾ ਮੈਂ ਹੰਝੂਆਂ ਦੇ ਨਾਲ ਸਾਹਿਬਜ਼ਾਦਿਆਂ ਦੇ ਚਰਨ ਧੋ ਦਿੰਦਾ। ਹਾਂਜੀ ਬੋਲਿਓ। ਗੜੇਵਾ ਹਾਜ਼ਰ ਹੈ, ਬੋਲੋ ਜੀ। ਇੱਕ ਦੁੱਧ ਦਾ ਗੜੇਵਾ, ਖੁਦ ਛਕੋ ਛਕਾਓ, ਮੇਰੇ
ਮੇਰਾ ਬਹੁਤ ਮਨ ਹੈ ਕਿ ਮੈਂ ਤੁਹਾਡੀ ਬਹੁਤ ਸੇਵਾ ਕਰਾਂ। ਕਹਿੰਦੇ ਪਰ ਇਹ ਬੱਚਾ ਮਾਂ ਤੇਰੇ ਚਰਨਾਂ 'ਚ ਹੁਣ ਬਹੁਤਾ ਚਿਰ ਨਹੀਂ ਬਹਿ ਸਕਦਾ, ਬਦ ਕਿਸਮਤ ਹਾਂ। ਆਪਣੇ ਆਪ ਨੂੰ ਕੀ ਕਹਿ ਰਿਹਾ ਜੀ? ਬਦ ਕਿਸਮਤ ਹਾਂ, ਚੱਲੋ ਘਰ ਮੇਰੇ। ਮੈਂ ਤਾਂ ਇੰਨਾ ਵੀ ਨਹੀਂ ਕਹਿ ਸਕਦਾ, ਕਿਉਂ ਕਿਉਂਕਿ ਉਹਨੂੰ ਪਤਾ ਮੈਂ ਕਹਿ ਵੀ ਦਊਂਗਾ ਮੇਰੇ ਘਰ ਚੱਲੋ, ਤਾਂ ਵੀ ਸਾਹਿਬਜ਼ਾਦੇ ਮੇਰੇ ਘਰ ਨਹੀਂ ਜਾ ਸਕਦੇ, ਜੇਲ੍ਹ 'ਚ। ਮੈਂ ਬਦ ਕਿਸਮਤ ਹਾਂ, ਤੁਸੀਂ ਮੇਰੇ ਸ਼ਹਿਰ 'ਚ ਆਏ ਹੋ, ਮੇਰੇ ਘਰ ਦੇ ਨੇੜੇ ਹੋ, ਪਰ ਤੁਹਾਨੂੰ ਮੈਂ ਆਪਣੇ ਘਰ ਨਹੀਂ ਲਿਜਾ ਸਕਦਾ। ਦੁਆਰ 'ਤੇ ਪੜਿਓ ਭਗਤੀਆਂ। ਹਾਂਜੀ, ਗੜਵਾ ਹਾਜ਼ਰ ਹੈ। ਬੋਲੋ ਜੀ ਸਾਰੇ। ਇੱਕ ਦੁੱਧ ਦਾ ਗੜਵਾ ਖੁਦ ਛਕੋ ਛਕਾਓ, ਖੁਦ ਛਕੋ ਛਕਾਓ, ਖੁਦ ਛਕੋ ਛਕਾਓ। ਮਾਤਾ ਜੀ ਵਾਸਤੇ ਦੁੱਧ ਲੈ ਕੇ ਆਇਆ ਜੀ, ਮਾਤਾ ਗੁਜਰ ਕੌਰ ਨੇ ਦੁੱਧ ਪੀਤਾ। ਮੈਂ ਹਿਸਟਰੀ ਨਹੀਂ ਖੋਲੂੰਗਾ ਜੀ ਜ਼ਿਆਦਾ, ਸਿਰਫ ਹਿੰਟ ਦੇ ਦੂੰਗਾ ਜੀ। ਸਾਡੇ ਤੀਜੇ ਪਿਆਰੇ ਹੋਏ ਆ ਭਾਈ ਹਿੰਮਤ ਸਿੰਘ ਜੀ, ਉਹਨਾਂ ਨਾਲ ਪਰਿਵਾਰ ਜੁੜਦਾ ਇਹਨਾਂ ਦਾ। ਇੱਕ ਨੰਬਰ, ਗੁਰੂ ਹਰਿਕ੍ਰਿਸ਼ਨ ਪਾਤਸ਼ਾਹ ਨੇ ਕੁਰਸ਼ੇਤਰ ਦੀ ਧਰਤੀ ਦੇ ਉੱਤੇ ਜਿਸ ਛੱਜੂ ਝੂਰ ਕੋਲ ਤੇ ਅਰਥ ਕਰਵਾਏ ਸੀਗੇ ਗੀਤਾ ਦੇ, ਉਹਨਾਂ ਨਾਲ ਪਰਿਵਾਰ ਜੁੜਦਾ ਇਹਨਾਂ ਦਾ। ਪੂਰਾ ਇੱਕ ਜਾਲ ਹੈ ਸਿੱਖੀ ਦਾ, ਜਦੋਂ ਅਸੀਂ ਡੀਪਲੀ ਉਤਰਾਂਗੇ ਤੁਹਾਨੂੰ ਬਹੁਤ ਕੁਛ ਮਿਲ ਜਾਣਾ ਜੀ। ਅਤੇ ਮਾਤਾ ਨੇ ਕਿਹਾ ਕਿ ਪੁੱਤਰ ਧੰਨਵਾਦ ਤੇਰਾ, ਦੁੱਧ ਲੈ ਕੇ ਆਇਆ, ਪਰ ਮੈਂ ਤੈਨੂੰ ਇੱਕ ਹਦਾਇਤ ਦੇਣੀ ਹੈ, ਕੱਲ੍ਹ ਨੂੰ ਦੁੱਧ ਨਹੀਂ ਲੈ ਕੇ ਆਉਣਾ। ਕੀ ਸ਼ਬਦ ਆ ਜੀ? ਕੱਲ੍ਹ ਨੂੰ ਦੁੱਧ ਨਹੀਂ ਲੈ ਕੇ ਆਉਣਾ। ਪੁੱਛਿਆ ਮਾਤਾ ਜੀ ਕਿਉਂ? ਮੈਂ ਤਾਂ ਮਰਨ ਮਿਟਣ ਨੂੰ ਤਿਆਰ ਹਾਂ ਤੁਹਾਡੀ ਸੇਵਾ ਲਈ, ਦੁੱਧ ਕਿਉਂ ਨਹੀਂ ਲੈ ਕੇ ਆਉਣਾ? ਕਹਿੰਦੀ ਪੁੱਤਰ, ਚਾਰ ਪੋਤਰੇ ਸੀਗੇ, ਦੋ ਮੇਰੇ ਤੋਂ ਦੂਰ ਹੋ ਗਏ, ਆਹ ਦੋ ਮੇਰੇ ਕੋਲ ਹੈ, ਜਿਹੜੇ ਰਾਹ 'ਤੇ ਮੈਂ ਤੁਰੀ ਹੋਈ ਆ, ਮੈਨੂੰ ਪਤਾ ਇਹ ਦੋਨੇ ਵੀ ਮੈਨੂੰ ਕੁਰਬਾਨ ਕਰਨੇ ਪੈਣੇ ਆ। ਅਤੇ ਤੇਰੇ ਘਰ ਕਿੰਨੇ ਬੱਚੇ ਆ? ਮੇਰਾ ਇੱਕ ਪੁੱਤ ਹੈ। ਕਹਿੰਦੀ ਉਹ ਵੀ ਮੇਰਾ ਪੁੱਤ ਹੈ। ਇਹ ਤਾਂ ਪੋਤੇ ਮੈਂ ਸ਼ਹੀਦ ਕਰਵਾ ਸਕਦੇ ਹੈ, ਪਰ ਜਿਹੜਾ ਤੇਰਾ ਪੁੱਤ ਹੈ, ਮੇਰਾ ਪੋਤਰ ਆ, ਜੇ ਉਹਨੂੰ ਕੁਛ ਹੋ ਗਿਆ ਨਾ, ਇਹ ਦੁੱਖ ਮੈਂ ਜਰ ਨਹੀਂ ਸਕਦੀ। ਅਤੇ ਪੁੱਤਰ ਕੱਲ੍ਹ ਨੂੰ ਦੁੱਧ ਨਾ ਲੈ ਕੇ ਆਏ। ਮਾਤਾ ਗੁਜਰ ਕੌਰ ਨੇ ਇਹਨੂੰ ਪਹਿਲੀ ਰਾਤ ਮਨਾ ਕਰਤਾ ਜੀ, ਇਹ ਦੁੱਧ ਨਹੀਂ ਲੈ ਕੇ ਗਿਆ ਮੁੜ ਕੇ। ਇਹਦੀ ਗੱਲ ਆਪਾਂ ਕੱਲ੍ਹ ਕਰਾਂਗੇ। ਜਦੋਂ ਸਾਰੇ ਟੱਬਰ ਨੂੰ ਸ਼ਹੀਦ ਕੀਤਾ ਗਿਆ, ਪੁੱਤ ਨੂੰ, ਮਾਂ ਨੂੰ, ਘਰ ਵਾਲੀ ਨੂੰ, ਕੋਲੂ 'ਚ ਪੀੜਤਾ ਟੋਆ ਸੀਗਾ ਸਾਈਡ ਵਿੱਚ, ਜਿੱਥੇ ਸਾਰਾ ਖੂਨ ਇਕੱਠਾ ਹੋ ਗਿਆ, ਇੰਨਾ ਖੂਨ ਇਕੱਠਾ, ਰੋ ਲੱਗ ਗਿਆ ਉੱਚੀ ਉੱਚੀ, ਮੋਤੀ ਰਾਮ ਮੇਰਾ, ਭੁੱਬਾ ਮਾਰ ਕੇ ਰੋ ਪਿਆ ਜੀ।
ਜਲਾਦ ਜਿਹੜੇ ਸ਼ਹੀਦ ਕਰਦੇ ਸੀ ਉਹ ਕਹਿੰਦੇ ਤੈਨੂੰ ਪਹਿਲਾਂ ਕਿਹਾ ਸੀਗਾ ਸੇਵਾ ਨਾ ਕਰਦਾ ਤੂੰ, ਤੇਰੇ ਪਰਿਵਾਰ ਨੂੰ ਤੇ ਸ਼ਹੀਦ ਨਾ ਕਰਦੇ, ਨਾ ਮਾਰਦੇ, ਹੁਣ ਤੇਰੀ ਵਾਰੀ ਰੋਂਦਾ ਕਿਉਂ ਹੈ, ਹੁਣ ਤੈਨੂੰ ਵੀ ਮਾਰਨਾ ਪੈਣਾ, ਤੈਨੂੰ ਵੀ ਕੋਲੂ ਜੇ ਪਾਲਣਾ ਸੀ। ਉਹ ਕਹਿੰਦਾ ਮੈਂ ਰੋਂਦਾ ਇਸ ਕਰਕੇ ਨਹੀਂ, ਮੇਰੀ ਘਰ ਵਾਲੀ ਤੁਸੀਂ ਸ਼ਹੀਦ ਕਰਤੀ, ਮੇਰੇ ਪੁੱਤਰ ਨੂੰ ਕੋਲੂ 'ਚ ਪਾਤਾ, ਮੇਰੀ ਮਾਂ ਨੂੰ ਵੀ ਨਹੀਂ ਬਖਸ਼ਿਆ, ਤੁਸੀਂ ਮੈਨੂੰ ਵੀ ਪਾ ਦੇਣਾ ਆ। ਕਹਿੰਦਾ ਮੈਂ ਤਾਂ ਖੂਨ ਦੇਖਿਆ ਆ। ਕਹਿੰਦਾ ਜੇ ਮੈਨੂੰ ਪਤਾ ਹੁੰਦਾ ਮੇਰੇ ਟੱਬਰ 'ਚ ਇੰਨਾ ਖੂਨ ਆ, ਕਹਿੰਦਾ ਦੋ ਦਿਨ ਮੈਂ ਹੋਰ ਸੇਵਾ ਕਰਕੇ ਆਉਂਦਾ। ਕਹਿੰਦਾ ਪਰ ਮੈਨੂੰ ਸੇਵਾ ਦਾ ਇੱਕ ਦਿਨ ਦਾ ਮੌਕਾ ਮਿਲਿਆ ਆ। ਇਹਨੇ ਗੱਲ ਕਹੀ ਸੀ ਲਾਸਟ ਵਿੱਚ। ਸਗੁਰੂ ਮਾਲਕ ਜੀ ਕਿਰਪਾ ਕਰਨ, 10 ਪੋਹ ਦੀ ਰਾਤ ਸਾਹਿਬਜ਼ਾਦੇ ਠੰਡੇ ਬੁਰਜ ਵਿੱਚ ਕੱਟ ਰਹੇ ਆ ਜੀ, ਸੂਲੀ 'ਤੇ ਵੀ ਨੀਂਦ ਆ ਜਾਂਦੀ ਹੈ ਨਾ, ਗੱਲਾਂ ਕਰਦੇ ਕਰਦੇ ਸੌ ਗਏ। 11 ਪੋਹ 12 ਪੋਹ 2 ਰਾਤਾਂ ਹੋਰ ਕੱਟਣੀ ਹੈ ਜੀ, ਉਹ 2 ਦਿਨ ਦੀ ਕਚਹਿਰੀ ਲੱਗਣੀ ਹੈ, ਉਹ ਕੱਲ੍ਹ ਆਪਾਂ ਦੇਖਣੀ। 11 ਪੋਹ ਦੀ ਕਚਹਿਰੀ ਅਤੇ 12 ਪੋਹ ਦੀ ਕਚਹਿਰੀ ਅਤੇ 13 ਪੋਹ ਨੂੰ ਸ਼ਹੀਦੀ ਹੈ ਜੀ।